ਤਸਵੀਰਾਂ ਤੁਹਾਡੇ ਸਾਹਮਣੇ। ਇਸ ਨੌਜਵਾਨ ਤੋਂ ਕਈ ਖੁਲਾਸੇ ਹੋਏ ਨੇ ਜਿਸ ਦੀ ਕੁੱਟਮਾਰ ਕੀਤੀ ਗਈ। ਵਾਕਈ ਹਾਲਾਤ ਜਿਹੜੇ ਨੇ ਇਸ ਵੇਲੇ ਨੌਜਵਾਨਾਂ ਦੇ ਕਾਫੀ ਖਰਾਬ। ਕੁਝ ਚੋਰੀ ਦੀਆਂ ਵਾਰਦਾਤਾਂ ਖਾਸ ਤੌਰ ਤੇ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਦਾ ਕਾਰਨ ਸਿਰਫ ਤੇ ਸਿਰਫ ਇੱਕ ਨਸ਼ਾ। ਨਸ਼ੇ ਦੀ ਪੂਰਤੀ ਦੇ ਲਈ ਨੌਜਵਾਨ ਇਹ ਚੋਰੀਆਂ ਕਰਦੇ ਨਜ਼ਰ ਆਉਂਦੇ। ਚੋਰ ਨੇ ਘਰ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਜਦੋਂ ਇਹ ਰੰਗੇ ਹੱਥੀ ਕਾਬੂ ਕੀਤਾ ਫਿਰ ਇਸ ਦਾ ਕੁਟਾਪਾ ਚੱਲ ਗਿਆ। ਕਾਰ ਦੇ ਸਵਾਰ ਹੋ ਕੇ ਕਾਰ ਦੇ ਵਿੱਚ ਇੱਕ ਹੋਰ ਨੌਜਵਾਨ ਉਤਰ ਕੇ ਘਰ ਦਾ ਤਾਲਾ ਤੋੜ ਰਿਹਾ ਸੀ। ਚੋਰ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਨੇ। ਤੇਜ਼ੀ ਸਾਥ ਔਰਤ ਨੂੰ ਵੀ ਗ੍ਰਿਫਤਾਰ ਕੀਤਾ। ਤਸਵੀਰਾਂ ਵਿੱਚ ਵੇਖ ਰਹੇ ਹੋ ਦੋਨਾਂ ਦੀ ਗ੍ਰਿਫਤਾਰੀ ਚੜੀ ਗਿਆ ਹੋਈ ਹੈ, ਜਦੋਂ ਮੋਟਰਸਾਈਕਲ, ਨਕਦੀ ਤੇ ਕੁਝ ਮੋਬਾਈਲ ਫੋਨ ਵੀ ਬਰਾਮਦ ਹੋਏ। ਪਹਿਲਾਂ ਲੋਕਾਂ ਨੇ ਇਸ ਨੂੰ ਕਾਬੂ ਕੀਤਾ, ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਗਿਆ। ਇਹ ਬਰਾਮਦਗੀ ਹੋਈ ਹੈ ਨੋਟ, ਨਕਦੀ ਤੇ ਨਾਲ ਹੀ ਮੋਬਾਈਲ ਫੋਨ, ਕੁਝ ਮੋਟਰਸਾਈਕਲ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਕਿ ਇਸ ਚੋਰ ਨੂੰ ਕਾਬੂ ਕੀਤਾ ਪੁਲਿਸ ਨੇ, ਖੁਦ ਇਲਾਕਾ ਨਿਵਾਸੀਆਂ ਨੇ ਕਾਬੂ ਕੀਤਾ, ਰੰਗੇ ਹੱਥੀ ਕਾਬੂ ਕੀਤਾ। ਇੱਕ ਵਾਰ ਸੁਣਦੇ ਆ ਕੀ ਕੁਛ ਕਹਿ ਰਹੇ ਨੇ। ਉੱਥੇ ਤਾਂ ਅਸੀਂ ਚੌਂਕ 'ਚ ਇੱਕ ਬੰਦਾ ਘੁੰਮਦਾ ਦੇਖਿਆ, ਤਾਂ ਪਹਿਲਾਂ ਉਹ ਖੇਤਾਂ 'ਚ ਵੜਿਆ, ਤਾਂ 10-15 ਮਿੰਟ ਬਾਅਦ ਨਿਕਲਿਆ ਤਾਂ ਉਹਨੇ ਇੱਕ ਕੈਮਿਸਟਰੀ ਦੀ ਦੁਕਾਨ ਤੋਂ ਉੱਥੋਂ ਜਿੰਦਾ ਤੋੜਿਆ, ਦੇਖਦਾ ਸੀ ਖੋਲ੍ਹ ਕੇ, ਉਹ ਖੁੱਲ੍ਹਾ ਨਹੀਂ ਤਾਂ ਇਹਨੂੰ ਤੁਰਦਾ ਤੁਰਦਾ ਆ ਗਿਆ। ਸਾਰਿਆਂ ਘਰਾਂ 'ਚ ਚੈੱਕ ਕਰਦਾ ਸੀਗਾ, ਤਾਂ ਮੁੜ ਕੇ ਸਾਡੀ ਗਲੀ 'ਚ ਸਾਡੇ ਘਰ ਦੇ ਉਹ ਜਿਹੜੀ ਤਾਂ ਕਿ ਇੱਕ ਟੁੱਟੀ ਉਹ ਆ, ਤਾਂ ਉੱਥੋਂ ਅੰਦਰ ਨੂੰ ਝਾਕਦਾ ਜੀ। ਤਾਂ ਫਿਰ ਅਸੀਂ ਉੱਪਰੋਂ ਥੱਲੇ ਨੂੰ ਆਏ, ਇਹ 2:30 ਵਜੇ ਆਪਾਂ ਦੇਖਿਆ ਉਹਨੂੰ ਵੜਦੇ ਨੂੰ ਅੰਦਰ। ਅੱਜ ਅਸੀਂ ਇੱਕ ਵਿਸ਼ਾਲ ਪੁਲਿਸ ਵਿਸ਼ੂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਉਹਦੇ ਨਾਲ ਅਸੀਂ ਇੱਕ ਜਿਹੜੀ ਹੈਗੀ ਆ ਇੱਕ ਲੇਡੀ ਨੂੰ ਵੀ ਗ੍ਰਿਫਤਾਰ ਕੀਤਾ ਵਾ, ਜਿਹਨਾਂ ਕੋਲ ਅਸੀਂ 5 ਮੋਟਰਸਾਈਕਲ ਬਰਾਮਦ ਕੀਤੇ ਚੋਰੀ ਸ਼ਰਾਬ, 60,000 ਰੁਪਇਆ, ਅਤੇ ਨਾਲ ਅਸੀਂ ਜਿਹੜੇ ਹੈਗੇ ਆ ਤਕਰੀਬਨ 9 ਚੋਰੀਆਂ ਟਰੇਸ ਹੋ ਚੁੱਕੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਇਹਨੇ ਵੱਖ ਵੱਖ ਜਗ੍ਹਾ 'ਤੇ ਕੀਤੀਆਂ ਸੀਗੀਆਂ, ਅਤੇ 10 ਚੋਰੀਆਂ ਉਹ ਆ ਜਿਹਨਾਂ ਇਹਨਾਂ ਨੇ ਮੰਨ ਲਈਆਂ ਵਾ, ਪਰ ਉਹ ਉਹਨਾਂ ਬਾਰੇ ਤਸਦੀਕ ਚੱਲ ਰਹੀ ਹੈ ਵੀ ਉਹ ਚੋਰੀ ਜਿਹੜੀ ਆ ਕੋਈ ਰਜਿਸਟਰ ਕਿਸੇ ਜਗ੍ਹਾ 'ਤੇ ਹੋਈ ਜਾਂਦੀ, ਕੋਈ ਕਿਸੇ ਬਾਅਦ 10-17 ਥਾਣਾ ਹੋ ਗਿਆ ਉਹਦੇ ਬਾਰੇ ਜਿਹੜੀ ਉਹ ਛਾਣ ਮਿਲੇ ਸੀ ਕਰ ਰਹੇ, ਅਤੇ ਬਹੁਤ ਜਲਦੀ ਅਸੀਂ ਉਹ ਵੀ ਕਰਕੇ ਵੈਰੀਫਾਈ ਉਹਨਾਂ 'ਚ ਵੀ ਦੇ ਰਿਸਪੋਂਸ। ਮੱਦੀਆਂ ਜਿਹੜੀਆਂ ਨੇ ਹੋਈਆਂ ਨੇ ਤੇ ਇਸ ਤੋਂ ਪਹਿਲਾਂ ਲੋਕਾਂ ਨੇ ਇਸ ਦੇ ਨਾਲ ਸਵਾਲਾਂ ਕੀਤੇ ਤੇ ਨਾਲ ਹੀ ਕੁੱਟਮਾਰ ਦਾ ਵੀ ਅੰਜਾਮ ਦਿੱਤਾ। ਗੱਡੀਆਂ ਹੁਣ ਕਿਹੜੀਆਂ।